ਤਰਨਤਾਰਨ ਗੁਰਦੁਆਰਾ ਟੱਕਰ ਸਾਹਿਬ ਨਜ਼ਦੀਕ ਇੱਕ ਨਿੱਜੀ ਕਾਲਜ 'ਚ ਦੋ ਗੁੱਟਾਂ ਵਿਚਕਾਰ ਹੋਏ ਵਿਵਾਦ 'ਚ ਚੱਲੀ ਗੋਲੀ ਨਾਲ ਦੋ ਨੌਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਚੋਣ ਜ਼ਾਬਤੇ ਦੇ ਬਾਵਜੂਦ ਵੀ ਲੋਕ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਇਸ ਸਬੰਧੀ ਕਾਲਜ ਦੇ ਸੁਪਰਡੈਂਟ ਜਤਿੰਦਰ ਕੁਮਾਰ ਸੂਦ ਨੇ ਦੱਸਿਆ ਕਿ ਇਹ ਝਗੜਨ ਵਾਲੇ ਗਰੁੱਪ ਕਾਲਜ ਦੇ ਨਹੀਂ ਸਨ, ਇਹ ਬਾਹਰੀ ਲੋਕ ਸਨ, ਸਾਡਾ ਇਹਨਾਂ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਅਤੇ ਅਜੇ ਸਾਡੇ ਕਾਲਜ ਦੇ CCTV ਕੈਮਰੇ ਵੀ ਨਹੀਂ ਚੱਲ ਰਹੇ ਹਨ। ਦੇਖੋ ਜੀ, ਮੈਂ ਜਤਿੰਦਰ ਕੁਮਾਰ ਸੂਦ, ਸੁਪਰਡੈਂਟ ਸੇਵਾ ਯੂਨੀਵਰਸਿਟੀ ਕਾਲਜ ਤਰਨ ਤਾਰਨ। ਇੰਸੀਡੈਂਟ ਇਹ ਹੈ ਜੀ, ਇਹ ਕੋਈ ਆਊਟਸਾਈਡਰ ਬਾਹਰੋਂ ਆਏ ਨੇ, ਅੱਜ ਬਾਹਰੋਂ ਆ ਕੇ ਦੋ ਗਰੁੱਪ ਸੀ, ਕੋਈ 5-7 ਬੰਦੇ ਇੱਕ ਗਰੁੱਪ ਸੀ ਅਤੇ 4-5 ਇੱਕ ਗਰੁੱਪ ਸੀ, ਉਹਨਾਂ ਨੇ ਆਪਸ ਦੇ ਵਿੱਚ ਗੋਲੀ ਚਲਾਈ ਹੈ। ਬਾਕੀ ਸਾਡੇ ਕਾਲਜ ਦਾ ਕੋਈ ਵੀ ਸਟੂਡੈਂਟ ਇਨਵੋਲਵ ਨਹੀਂ ਹੈਗਾ ਸੀ, ਅਤੇ ਜਿਹਨਾਂ ਵਿੱਚੋਂ ਇੱਕ ਬੱਚੇ ਉਹਨਾਂ ਦੇ ਆਊਟਸਾਈਡਰ 'ਚੋਂ ਕਿਸੇ ਨੂੰ ਲੱਗੀ ਹੈ ਇੱਕ ਗੋਲੀ, ਇੱਕ ਨੂੰ ਲੱਗੀ ਗੋਲੀ। CCTV ਕੈਮਰੇ ਦੀ ਜਿਹੜੀ ਫੁਟੇਜ ਹੈ ਉਹ ਸਿਰਫ ਅੱਜ ਹੀ ਕਿਸੇ ਵਜ੍ਹਾ ਕਰਕੇ ਬੰਦ ਹੋ ਗਿਆ ਸੀ, ਅਦਰਵਾਈਜ਼ ਵੈਸੇ CCTV ਕੈਮਰੇ ਸਾਡੇ ਚੱਲਦੇ ਨੇ। ਸੇਵਾ ਦੇਵੀ ਕਾਲਜ 'ਚ ਦੋ ਗਰੁੱਪ ਨੇ ਜਿਹੜੇ ਦੋਨੋਂ ਹੀ ਸਟੂਡੈਂਟ ਗਰੁੱਪ ਨਹੀਂ ਆ, ਦੋਨੋਂ ਹੀ ਸਟੂਡੈਂਟ ਨਹੀਂ ਆ। ਇੱਕ ਸ਼ੇਰਾ ਨਾਮ ਦਾ ਲੜਕਾ ਆ ਜਿਹਦਾ ਕਿਸੇ ਗੱਲ ਤੋਂ ਇੱਕ ਖੰਨਾ ਮਾਨੋਜਾਲ ਆ, ਉਹਦੇ ਨਾਲ ਝਗੜਾ ਝੁਗੜਾ ਚੱਲਦਾ, ਉਹਨੇ ਖੰਨਾ ਮਾਨੋਜਾਲ ਜਿਹੜਾ ਉਹਦੇ ਨਾਲ ਕੁਛ ਬੰਦੇ ਆਏ ਆ, ਇਹ ਭੱਜ ਕੇ ਸੇਵਾ ਦੇਵੀ ਕਾਲਜ ਦੇ ਅੰਦਰ ਚਲਾ ਗਿਆ। ਜਦੋਂ ਝਗੜਾ ਹੋਣ ਲੱਗਿਆ ਇਹਨਾਂ ਦਾ, ਉਹਨਾਂ ਪਿੱਛੇ ਜਾ ਕੇ ਉਹਦੀ ਗੋਲੀ ਮਾਰਤੀ ਜਿਹੜੀ ਉਹਦੀ ਪਿੱਠ 'ਚੋਂ ਵੱਜ ਗਈ ਅਤੇ ਅੱਗੇ ਆਰ ਪਾਰ ਹੋ ਗਈ ਆ। ਇਹਦੇ ਰਿਗਾਰਡਿੰਗ ਅਸੀਂ FIR ਜਿਹੜੀ ਆ ਦਰਜ ਕਰਨ ਲੱਗੇ ਹਾਂ, 307 IPC, 307, 188, 148 IPC, 25/27, 54/18 ਰਿਜੈਕਟ, ਥਾਣਾ ਸਿਟੀ ਤਰਨ ਤਾਰਨ ਵਿਖੇ ਸ਼ੇਰੀ ਦੀ ਸਟੇਟਮੈਂਟ ਦੇ। ਵੈਪਨ ਜਮ੍ਹਾਂ ਕਰਵਾ ਰਹੇ ਆ ਲੋਕ, ਚੋਣ ਜ਼ਾਬਤਾ ਬਿਲਕੁਲ ਇਨਫੋਰਸ ਆ, ਤਾਂ ਹੀ ਨਾਲ ਅਸੀਂ 188 IPC ਲਾ ਰਹੇ ਹਾਂ। ਪਰ ਇਹ ਠੱਠੀਆਂ ਮੰਦਾਂ ਦੇ ਆ, ਸ਼ੇਰਾ ਠੱਠੀਆਂ ਮੰਦਾਂ ਦਾ, ਦੂਜੇ ਮੁੰਡੇ ਜਿਹੜੇ ਕੋਈ ਮਾਨੋ ਜਲ ਦਾ ਆ, ਕੋਈ ਕਲੇਰਾਂ ਦਾ ਆ, ਬਾਹਰੋਂ ਆਣ ਕੇ ਪਿੰਡਾਂ ਤੋਂ ਚੜ ਗਏ, ਝਗੜਾ ਕੀਤਾ। ਫਿਰ ਵੀ ਨਹੀਂ, ਅਜੇ ਕੋਈ ਨਹੀਂ, ਗੋਲੀ ਚਲਾ ਕੇ ਭੱਜ ਗਏ। CCTV ਜਿਹੜੀ ਉਹਦੀ ਫੁਟੇਜ ਲਈ ਆ, ਉਹਦੇ ਤੋਂ ਆਈਡੈਂਟੀਫਾਈ ਕਰ ਲਏ। ਹਾਂਜੀ ਸਰ, ਇੱਕ ਕਾਲਜ ਦੇ ਅੰਦਰ ਇੱਕ ਆਊਟਸਾਈਡ ਮੰਦੇ ਹੈਗੇ ਜੋ ਬੜਾ ਦਹਿਸ਼ਤ ਮਚ ਚੁੱਕੀ ਹੈ ਕਿ ਸੇਵਾ ਦੇਵੀ ਕਾਲਜ ਅਕਸਰ ਵੇਖਣ ਨੂੰ ਮਿਲਿਆ ਵਾ, ਇਹ ਸਰ ਸੇਮ ਨਹੀਂ ਗੱਲ, ਤੁਹਾਡੇ ਨੂੰ ਕਿਹਨੇ ਦਿੱਤਾ ਇਹਨਾਂ ਨੂੰ ਜਾਰੀ ਕਰਨ ਦੀ? ਮੈਂ ਕਰਕੇ ਵੀ ਆਇਆ ਉਹਨਾਂ ਦੇ ਮਿਲ ਕੇ ਵੀ ਆਇਆ, ਜਿਹੜੀ ਇਹਨਾਂ ਦੀ ਮੈਨੇਜਮੈਂਟ ਆ ਉਹਨਾਂ ਨੂੰ ਵੀ। ਉਹਦੇ 'ਚ ਇਹ ਆ ਕਿ ਜਿਹੜੀ ਸੇਵਾ ਦੇਵੀ ਕਾਲਜ ਆ ਉਹਨੂੰ ਕਹਿ ਕੇ ਆ ਕਿ ਆਪਣਾ ਮੇਨ ਗੇਟ ਜਿਹੜਾ ਉਹਨੂੰ ਬੰਦ ਰੱਖਿਆ ਕਰੋ, ਜਿਹੜਾ ਛੋਟਾ ਗੇਟ ਆ ਅੱਜ ਵੀ ਉਹੀ ਖੁੱਲ੍ਹਾ ਸੀ, ਪਰ ਮੁੰਡੇ ਜਿਹੜੇ ਭੱਜ ਕੇ ਅੰਦਰ ਗਏ ਆ, ਭੱਜ ਕੇ ਬਾਹਰ ਆ ਗਏ। ਨਹੀਂ ਅਜੇ ਫਿਲਹਾਲ ਕੋਈ ਉਹ ਚੀਜ਼ ਸਾਹਮਣੇ ਨਹੀਂ ਆਈ। ਅੱਜ ਦੇ ਅੰਦਰੋਂ ਕੀਤੇ ਇਹਨਾਂ ਨੇ, ਹਾਂ ਇਹ ਜੱਸੀ ਹੋਣੀ ਪੜ੍ਹਦੇ, ਇੱਕ ਇਹ 5-6 ਦਿਨ ਇਹਦਾ ਨਾਮ ਜਸਕਰਨ, ਇੱਕ ਇਹਦਾ ਭਰਾ ਵਾ ਸੁਖਸ਼ੈਨ, ਇੱਕ ਗੁਰਵਿੰਦਰ ਸਿੰਘ ਮੁੰਡਾ ਸ਼ਿੰਗਾਰਪੁਰ ਦਾ, ਇੱਕ ਮੁੰਡਾ ਠੱਠੀਆਂ ਮਹੰਤਾ ਦਾ। ਉਹ ਨਹੀਂ ਮੈਨੂੰ ਪਤਾ, ਭੱਜ ਗਏ ਉਹ ਗੋਲੀ ਮਾਰ ਕੇ, ਪਤਾ ਨਹੀਂ ਲੱਗਾ ਮੇਰੇ ਮੁੰਡੇ ਡੇ ਪਿਆ। ਇਹਨਾਂ ਨੇ ਮੈਨੂੰ ਸੱਦਿਆ, ਇਹ ਕਹਿੰਦਾ ਵੀ ਆਪਾਂ ਕੋਈ ਗੱਲ ਨਹੀਂ, ਆਪਾਂ ਬਹਿ ਕੇ ਗੱਲ ਕਰ ਲਾਂਗੇ, ਤੂੰ ਆਪਣਾ ਭਰਾ ਹਾਂ ਨਾ। ਇਹਨਾਂ ਨੂੰ ਕਿਸੇ ਨੇ ਝੂਠਾ ਹੀ ਗਿਆ ਵੀ ਤੁਹਾਡਾ ਟਾਈਮ ਚੁੱਕਦਾ, ਇਹ ਟਾਈਮ ਚੁੱਕਦਾ ਤੁਹਾਡਾ ਇਹ। ਹਾਂਜੀ ਹਾਂਜੀ, ਕਲੇਰ ਦਾ ਇੱਕ ਹੀ ਪਿੰਡ ਨੇ ਦੋਵੇਂ, ਉਹਨਾਂ ਬਹੁਤ ਫਾਇਰ ਕੀਤੇ, 20-25 ਫਾਇਰ ਕੀਤੇ ਉਹਨਾਂ ਨੇ, ਉਹ ਹੈਗੇ 15-16 ਜਣੇ ਸੀ। ਹਾਂ ਇਹਨਾਂ ਨੇ ਜੋ ਫਾਇਰ ਕੀਤੇ ਆ ਮੇਰੇ ਅੱਗੇ ਲੱਤ 'ਤੇ ਵੱਜ ਗਈ, ਬਾਕੀ ਭੱਜ ਗਏ ਸਾਰੇ, ਉਹ ਪਛਾਣ ਭੱਜੇ ਕਾਲਜ ਦੀ ਗਰਾਊਂਡ ਵੱਲ ਨੂੰ, ਪਤਾ ਨਹੀਂ ਕਿੱਥੇ ਆਏਗਾ, ਹੁਣ ਬਾਅਦ ਦੀ ਕਾਰਵਾਈ ਕੀਤੀ ਹੋਏ।